ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਦੇ YouTube ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਅਸੀਂ ਬਹੁਤ ਹੀ ਵਧੀਆ ਟੌਪਿਕ ਕਰਨ ਜਾ ਰਹੇ ਹਾਂ ਜਿਹਦਾ ਨਾਂ ਹੈ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟ। ਇਸ ਟੌਪਿਕ ਦੇ ਵਿੱਚੋਂ 2 ਤੋਂ 3 ਨੰਬਰ ਦਾ ਜਿਹੜਾ ਪੇਪਰ ਆ ਉਹ ਲਾਜ਼ਮੀ ਦੇਖਣ ਨੂੰ ਮਿਲਦਾ ਹਰੇਕ ਪੇਪਰ ਦੇ ਵਿੱਚ। ਤਾਂ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਹੁਣ ਪ੍ਰਸ਼ਨ ਇੱਥੇ ਇਹ ਉੱਠਦਾ ਕਿ ਮੌਲਿਕ ਅਧਿਕਾਰ ਹੁੰਦੇ ਕੀ ਨੇ। ਮੌਲਿਕ ਅਧਿਕਾਰ ਉਹ ਹੁੰਦੇ ਹਨ ਜੋ ਵਿਅਕਤੀ ਦੀ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੁੰਦੇ ਹਨ, ਉਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ, ਮੌਲਿਕ ਅਧਿਕਾਰ। ਸੰਵਿਧਾਨ ਦੇ 3 ਭਾਗ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਪ੍ਰਸ਼ਨ ਬਣ ਜਾਂਦਾ ਕਿ ਮੌਲਿਕ ਅਧਿਕਾਰਾਂ ਦਾ ਵਰਣਨ ਕਿਸ ਭਾਗ ਵਿੱਚ ਕੀਤਾ ਗਿਆ। ਤਾਂ ਸੰਵਿਧਾਨ ਦੇ 3 ਭਾਗ ਦੇ ਵਿੱਚ ਮੌਲਿਕ ਅਧਿਕਾਰਾਂ ਨੇ ਜਿਹੜੇ ਉਹਨਾਂ ਦਾ ਵਰਣਨ ਕੀਤਾ ਗਿਆ। ਅਤੇ ਅਨੁਛੇਦ 12 ਤੋਂ 35, ਆਰਟੀਕਲ 12 ਤੋਂ 35 ਵਿੱਚ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਭਾਰਤੀ ਸੰਵਿਧਾਨ ਦੇ ਵਿੱਚ। ਮੂਲ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਜਿਹੜੀ ਸੰਖਿਆ ਸੀ ਉਹ 7 ਸੀ, ਪਰ 44ਵੀਂ ਸੋਧ ਵਿੱਚ 1978 ਦੁਆਰਾ ਸੰਪੱਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ। ਕਿਹੜੇ ਅਧਿਕਾਰ ਨੂੰ? ਤਾਂ ਉਹ ਸੰਪੱਤੀ ਦਾ ਅਧਿਕਾਰ ਸੀਗਾ ਜਿਹਨੂੰ 44ਵੀਂ ਸੋਧ ਦੁਆਰਾ ਕੀ ਕੀਤਾ ਗਿਆ, ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਜੇਕਰ ਗੱਲ ਕਰੀਏ ਆਪਾਂ ਵਰਤਮਾਨ ਸਮੇਂ ਦੀ, ਤਾਂ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੀ ਸੰਖਿਆ ਗੀ 6 ਸੰਖਿਆ ਗੀ, ਮੌਲਿਕ ਅਧਿਕਾਰਾਂ ਦੀ ਜਿਹੜੀ ਸੰਖਿਆ ਗੀ ਉਹ 6 ਆ। ਚਲੋ ਆਪਾਂ ਅੱਗੇ ਦੇਖਦੇ ਹਾਂ ਕਿ ਮੌਲਿਕ ਅਧਿਕਾਰ ਕਿਹੜੇ ਕਿਹੜੇ ਨੇ। ਪਹਿਲਾ ਅਧਿਕਾਰ ਆ ਜਿਹੜਾ ਸਮਾਨਤਾ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ ਜਿਹੜਾ ਕਿ 14 ਤੋਂ 18 ਆਰਟੀਕਲ ਦੇ ਵਿੱਚ ਆਉਂਦਾ ਗਾ। ਇਹਦੇ ਵਿੱਚੋਂ ਸਿਰਫ ਆਪਾਂ ਨੇ ਇੱਕ ਆਰਟੀਕਲ ਯਾਦ ਰੱਖਣਾ ਗਾ, ਉਹ ਹੈਗਾ ਅਨੁਛੇਦ 17। ਸਮਾਨਤਾ ਦੇ ਅਧਿਕਾਰ ਦੇ ਵਿੱਚੋਂ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਗਾ, ਇਸ ਅਨੁਛੇਦ ਦੇ ਅਧੀਨ ਸੂਆਸਾਤ ਦੀ ਮਨਾਹੀ ਕੀਤੀ ਹੈ। ਤਾਂ ਅਨੁਛੇਦ 17 ਦੇ ਵਿੱਚ, ਅਨੁਛੇਦ 17 ਦੇ ਅਨੁਸਾਰ ਭਾਰਤ ਵਿੱਚ ਸੂਤਸਾਤ ਦੀ ਪਾਬੰਦੀ ਲਗਾਈ ਗਈ ਆ, ਪੂਰਨ ਤੌਰ 'ਤੇ ਰੋਕ ਲਾਈ ਗਈ ਆ। ਆਪਣਾ ਦੂਜਾ ਮੌਲਿਕ ਅਧਿਕਾਰ ਆ ਸੁਤੰਤਰਤਾ ਦਾ ਅਧਿਕਾਰ, ਜਿਹਦਾ ਵਰਨਰ 19 ਤੋਂ 22 ਆਰਟੀਕਲ ਦੇ ਵਿੱਚ ਕੀਤਾ ਗਿਆ। ਸੁਤੰਤਰਤਾ ਦੇ ਅਧਿਕਾਰ ਦੇ ਵਿੱਚੋਂ ਆਪਾਂ 2 ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ, ਇੱਕ ਅਨੁਛੇਦ 19 ਅਤੇ ਇੱਕ ਅਨੁਛੇਦ 21। ਹੁਣ ਅਨੁਛੇਦ 19 ਕੀ ਆ? ਅਨੁਛੇਦ 19 ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ 6 ਤਰ੍ਹਾਂ ਦੀ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ। 6 ਸੁਤੰਤਰਤਾ ਦੇ ਵਿੱਚ ਸ਼ਾਮਲ ਹੈਗਾ ਭਾਸ਼ਣ ਦੇਣ, ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਬਿਨਾਂ ਹਥਿਆਰ ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ, ਸਮੁਦਾਵਾਂ ਅਤੇ ਸੰਘ ਬਣਾਉਣ ਦੀ ਸੁਤੰਤਰਤਾ, ਭਾਰਤ ਦੀ ਧਰਤੀ ਉੱਤੇ ਸੁਤੰਤਰਤਾ ਪੂਰਨ ਘੁੰਮਣ ਫਿਰਨ ਦੀ ਸੁਤੰਤਰਤਾ। ਇਸ ਤਰ੍ਹਾਂ ਦੀਆਂ ਜਿਹੜੀਆਂ 6 ਸੁਤੰਤਰਤਾਵਾਂ ਨੇ ਭਾਰਤੀ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਨੇ। ਅਨੁਛੇਦ 21 ਦੇ ਵਿੱਚ ਇਹ ਆਰਟੀਕਲ ਆ ਜਿਹੜਾ 86ਵੀਂ ਸੋਧ ਦੁਆਰਾ 2002 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹਦੇ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਸਾਰਿਆਂ ਲਈ, ਸਾਰੇ ਨਾਗਰਿਕਾਂ ਲਈ। ਗੱਲ ਕਰਦੇ ਹਾਂ ਤੀਜੇ ਮੌਲਿਕ ਅਧਿਕਾਰ ਦੀ, ਸ਼ੋਸ਼ਣ ਵਿਰੁੱਧ ਅਧਿਕਾਰ, ਜਿਹੜਾ ਆਰਟੀਕਲ 23 ਅਤੇ 24 ਦੇ ਵਿੱਚ ਦਿੱਤਾ ਗਿਆ। ਅਨੁਛੇਦ 23 ਦੇ ਅਨੁਸਾਰ ਮਨੁੱਖੀ ਵਪਾਰ ਉੱਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਆ, ਯਾਨੀ ਕਿ ਇਹਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ, ਜਿਹੜਾ ਮਨੁੱਖੀ ਵਪਾਰ ਕਰਨਾ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ। ਅਨੁਛੇਦ 24 ਵਿੱਚ ਜਿਹੜੇ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਹੈ, ਉਹਨਾਂ ਬੱਚਿਆਂ ਨੂੰ ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚ ਮਜ਼ਦੂਰੀ ਕਰਨ 'ਤੇ ਰੋਕ ਲਾਈ ਗਈ ਹੈ। ਆਪਣਾ ਚੌਥਾ ਮੌਲਿਕ ਅਧਿਕਾਰ ਆ ਧਰਮ ਦੀ ਆਜ਼ਾਦੀ ਦਾ ਅਧਿਕਾਰ, ਯਾਨੀ ਕਿ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹ ਆਰਟੀਕਲ 25 ਤੋਂ ਲੈ ਕੇ 28 ਅਨੁਛੇਦ ਦੇ ਵਿੱਚ ਦਿੱਤਾ ਗਿਆ ਗਾ। ਇਸ ਮੌਲਿਕ ਅਧਿਕਾਰ ਦੇ ਅਨੁਸਾਰ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ, ਉਹਦੇ ਨਾਲ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਉਹ ਅਗਲਾ ਮੌਲਿਕ ਅਧਿਕਾਰ ਆ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ। ਇਸ ਅਧਿਕਾਰ ਦੇ ਅਧੀਨ ਹਰੇਕ ਵਿਅਕਤੀ ਆਪਣੇ ਸੱਭਿਆਚਾਰ ਨੂੰ ਮਨਾ ਸਕਦਾ ਗਾ, ਆਪਣੇ ਸੱਭਿਆਚਾਰ ਦਾ ਵਿਕਾਸ ਕਰ ਸਕਦਾ ਗਾ ਅਤੇ ਉਹਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆ ਆਰਟੀਕਲ 29 ਅਤੇ 30 ਦੇ ਵਿੱਚ। ਅਗਲਾ ਮੌਲਿਕ ਅਧਿਕਾਰ ਆ 6ਵਾਂ ਮੌਲਿਕ ਅਧਿਕਾਰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਇਹ ਦਿੱਤਾ ਗਿਆ ਆਰਟੀਕਲ 32 ਦੇ ਵਿੱਚ। ਇਹ ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈਗਾ ਜਿਹਦੇ ਅਨੁਸਾਰ ਜੇਕਰ ਵਿਅਕਤੀ ਦੇ ਕਿਸੇ ਵੀ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਜਾਂਦੀ ਆ ਤਾਂ ਇਸ ਅਧਿਕਾਰ ਰਾਹੀਂ ਉਹ ਕੀ ਕਰ ਸਕਦਾ ਗਾ, ਸੁਪਰੀਮ ਕੋਰਟ ਦੇ ਵਿੱਚ ਆਪਣੇ ਅਧਿਕਾਰਾਂ ਲਈ
ਰਿੱਟ ਜਾਰੀ ਕਰਵਾ ਸਕਦਾ ਗਾ। ਤਾਂ ਜਿਹੜਾ ਮੌਲਿਕ ਅਧਿਕਾਰ ਨੇ ਇਹਨੂੰ ਸੰਵਿਧਾਨ ਦੀ ਦਿਲ ਅਤੇ ਆਤਮਾ ਕਿਹਾ ਜਾਂਦਾ ਹੈ। ਤਾਂ ਕਿਹਨੇ ਕਿਹਾ ਗਾ ਇਹ? ਡਾਕਟਰ ਭੀਮ ਰਾਓ ਅੰਬੇਦਕਰ ਨੇ ਦੁਆਰਾ। ਇਹ ਸੀਗੇ ਸੀ ਮੌਲਿਕ ਅਧਿਕਾਰ, ਜਿਨ੍ਹਾਂ ਦੇ ਵਿੱਚੋਂ ਆਈ ਵਾਰੀ ਕੁਐਸਚਨ ਪੁੱਛੇ ਜਾਂਦੇ ਨੇ। ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਏ ਹੋਣਗੇ। ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ।